चार बंदे नहीं बने हुए जवान बनवा के रखता क्या मामला बदल लिया भेजा का बदला सारे बदला लिया मन बन ਅਸੀਂ ਇੱਥੇ ਪਹੁੰਚੇ ਹੀ ਆ ਬੜਾ ਅਨਫੋਰਚੂਨੇਟ ਇੰਸੀਡੈਂਟ ਹੋਇਆ ਆ ਇਹ ਪਤਾ ਲੱਗਿਆ ਕਿ ਗੋਲੀਆਂ ਚਲਾਈਆਂ ਹੈਗੀਆਂ ਨੇ ਜੋ ਪਰਿੰਦਰੀ ਮੈਨੂੰ ਦੱਸਿਆ ਗਿਆ ਉਹ ਹੈਗਾ ਕਿ ਮੋਟਰਸਾਈਕਲ 'ਤੇ ਆਏ ਆ ਇਹਦੀ ਵੀ ਅਸੀਂ ਹੁਣ ਤਸਦੀਕ ਕਰ ਰਹੇ ਹਾਂ ਸੀ ਸੀ ਟੀ ਵੀ ਫੁਟੇਜ ਵਗੈਰਾ ਕੱਢ ਰਹੇ ਹਾਂ ਸੀਨ ਆਫ ਕ੍ਰਾਈਮ ਪ੍ਰਜ਼ਰਵ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਇਸ ਮਾਮਲੇ ਨੂੰ ਹੱਲ ਕਰੀਏ ਸਰ ਕਿੰਨੀਆਂ ਗੋਲੀਆਂ ਚੱਲੀਆਂ ਇਹਦੇ ਬਾਰੇ 'ਚ ਵੀ ਅਜੇ ਐਗਜ਼ੈਕਟ ਦੱਸ ਸਕਣਾ ਸੰਭਵ ਨਹੀਂ ਲੇਕਿਨ ਕੁਝ ਦੇਰ ਬਾਅਦ ਸਾਨੂੰ ਸਾਰੀ ਗੱਲ ਪਤਾ ਲੱਗ ਜਾਏਗੀ ਸਰ ਕੁਝ ਜ਼ਖਮੀ ਕਿੰਨੇ ਹੋਏ ਬਾਅਦ ਇੱਕ ਸਿਕਿਉਰਿਟੀ ਗਾਰਡ ਨਾਲ ਦਿੱਤਾ ਹੋਇਆ ਸੀਗਾ ਦੋ ਸਿਕਿਉਰਿਟੀ ਗਾਰਡ ਦੋ ਗਨਮੈਨ ਦਿੱਤੇ ਹੋਏ ਸੀਗੇ ਇੱਕ ਸਿਕਿਉਰਿਟੀ ਗਾਰਡ ਜਿਹੜਾ ਨਾਲ ਸੀਗਾ ਉਹ ਜ਼ਖਮੀ ਹੋਇਆ ਤੇ ਸਰ ਜਿਹੜਾ ਗਨਮੈਨ ਸੀਗਾ ਨਾਲ ਜੀ ਉਹਨੇ ਕਿੰਨੀਆਂ ਗੋਲੀਆਂ ਚਲਾਈਆਂ ਤੇ ਅੱਗੇ ਉਹ ਕਿੰਨੀਆਂ ਗੋਲੀਆਂ ਚਲੀਆਂ ਕੁਝ ਪਤਾ ਚੱਲਿਆ ਇਸ ਦੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈਗੀ ਇਹ ਅਸੀਂ ਸਾਰਾ ਅਜੇ ਪ੍ਰੀਲਿਮਿਨਰੀ ਸਟੇਜ ਹੈ ਵੈਪਨ ਚੈੱਕ ਕਰਾਂਗੇ ਵੈਪਨ ਚੈੱਕ ਕਰਕੇ ਸਰ ਜੇ ਦੀ ਮੌਤ ਹੋਈ ਉਹਦਾ ਨਾਮ ਕੀ ਆ ਮੌਤ ਕਿਹਦੀ ਹੋਈ ਸਰ ਟਿੰਮੀ ਦੱਸ ਦੇ ਭੁਪਿੰਦਰ ਸਿੰਘ ਚਾਵਲਾ ਜੀ ਉਹ ਡੈਥ ਹੋ ਚੁੱਕੀ ਜੀ ਇਹ ਵੀ ਅਜੇ ਹੁਣ ਹਸਪੀਟਲ 'ਚ ਜਾ ਕੇ ਕਨਫਰਮ ਕਰਨਾ ਹਾਂਜੀ ਕਨਫਰਮ ਹੋ ਗਿਆ ਸਰ ਸਰ ਇੱਕ 30 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਸੀ ਇਸ ਵਿਅਕਤੀ ਕੋਲੋਂ ਉਸ ਤੋਂ ਬਾਅਦ ਜਿਹੜਾ ਹੈਗਾ ਇਸ ਤਰ੍ਹਾਂ ਦਾ ਐਕਸੀਡੈਂਟ ਹੋਣਾ ਕਿਸ ਤਰ੍ਹਾਂ ਦੇਖਦੇ ਆ ਇਹ ਬੜਾ ਅਨਫਾਰਚੂਨੇਟ ਹੈ ਅਸੀਂ ਸਿਕਿਉਰਿਟੀ ਵੈਸੇ ਪ੍ਰੋਵਾਈਡ ਕੀਤੀ ਹੋਈ ਸੀਗੀ ਲੇਕਿਨ ਬਹੁਤ ਅਨਫਾਰਚੂਨੇਟ ਇੰਸੀਡੈਂਟ ਹੈ ਅਸੀਂ ਜਲਦੀ ਤੋਂ ਜਲਦੀ ਜਿਹੜੇ ਜਿਨ੍ਹਾਂ ਨੇ ਇਹ ਵਾਰਦਾਤ ਕੀਤੀ ਹੈ ਉਹਨਾਂ ਨੂੰ ਫੜਾਂਗੇ ਟ੍ਰੇਸ ਕਰਾਂਗੇ ਉਹ ਸਜ਼ਾ ਦਵਾਵਾਂਗੇ ਸਰ ਪੁਲਿਸ ਵੀ ਬੜੀ ਦੇਰ ਬਾਅਦ ਇੱਥੇ ਪਹੁੰਚੀ ਹੈ ਜਦਕਿ ਸਾਰਾ ਸ਼ਹਿਰ ਇੱਥੇ ਜਮ੍ਹਾਂ ਹੋ ਚੁੱਕਾ ਸੀ ਇਹਦੇ ਬਾਰੇ ਵੀ ਦੇਖਾਂਗੇ ਕਿ ਪੁਲਿਸ ਜੀ ਡੀਐਸਪੀ ਸਾਹਿਬ ਵੀ ਜਿਹੜੀ ਮੌਕੇ ਤੇ ਆ ਗਏ ਸਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਸਰ ਕੀ ਗੱਲਬਾਤ ਹੋਈ ਸਰ ਦੱਸਿਓ ਜੀ ਪਹਿਲੇ ਨਾਮ ਦੱਸਿਓ ਆਪਣਾ ਵੇਖੋ ਜੀ ਮੈਂ ਹਰਮਿੰਦਰ ਸਿੰਘ ਮੈਂ ਰੈਗੂਲਰ ਬੱਚੇ ਉਹਦੀ ਬੜੀ ਕਮੀ ਹੈ ਜੀ ਥਾਣਿਆਂ ਦੀ ਨਫਰੀ ਦੀ ਜਿਹੜੀ ਕਮੀ ਵਾਲੀ ਗੱਲ ਹੈਗੀ ਆ ਇਹ ਅਸੀਂ ਲਗਾਤਾਰ ਪੂਰੀ ਕਰਦੇ ਰਹਿੰਦੇ ਹਾਂ ਨਕੋਦਰ ਥਾਣੇ ਦੇ ਵਿੱਚ ਪਿੱਛੇ ਜੀ ਅਸੀਂ ਕਮੀ ਪੂਰੀ ਕੀਤੀ ਹੈਗੀ ਆ ਔਰ ਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਈ ਵਾਰੀ ਬਦਲੀ ਹੋ ਜਾਂਦੀ ਹੈ ਫਿਰ ਨਵੇਂ ਆ ਜਾਂਦੇ ਇਹ ਪ੍ਰੋਸੈਸ ਚੱਲਦਾ ਰਹਿੰਦਾ ਸਰ ਜਿਵੇਂ ਕਿ ਪੰਜਾਬ ਅਲਰਟ ਤੇ ਆ ਇਸ ਵੇਲੇ ਤੇ ਕਿਸ ਤਰ੍ਹਾਂ ਦੇਖਦੇ ਹੈਗੇ ਆ ਖੈਰ ਉਹ ਗੱਲ ਕਰਨ ਅਸੀਂ ਇਹ ਅਲਰਟ ਤੇ ਹੈਗਾ ਹੈ ਇਸ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਸੀਗੀ ਔਰ ਅੱਗੇ ਵੀ ਜਿਹੜਾ ਹੈਗਾ ਅਸੀਂ ਉਹਨਾਂ ਦੀ ਤਹਿਕੀਕਾਤ ਕਰਕੇ ਜਲਦੀ ਤੋਂ ਜਲਦੀ ਜਿਹੜੇ ਮੁਜਰਮ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਸਰ ਨਕੋਦਰ ਸ਼ਹਿਰ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਗਲੀ ਗਲੀ ਦੇ ਵਿੱਚ ਡਰ ਆ ਘਰ ਘਰ ਦੇ ਵਿੱਚ ਡਰ ਬਣ ਚੁੱਕਾ ਹੈ ਇਹ ਬੜਾ ਅਨਫਾਰਚੂਨੇਟ ਇੰਸੀਡੈਂਟ ਹੈਗਾ ਹੈ ਔਰ ਅਸੀਂ ਯਕੀਨ ਦਵਾਉਂਦੇ ਹਾਂ ਕਿ ਅਸੀਂ ਸਾਰੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਵਾਂਗੇ ਸਰ ਕੋਈ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਹੁਣ ਸੀਸੀਟੀਵੀ ਕੈਮਰੇ ਚੈੱਕ ਕਰਨ ਦਾ ਅਸੀਂ ਕੰਮ ਇਹ ਵੀ ਹੁਣ ਸਾਰੇ ਦਾ ਸਾਰਾ ਜਿਹੜਾ ਹੈਗਾ ਆ ਸਾਨੂੰ ਸੀਸੀਟੀਵੀ ਕੈਮਰਾ ਚੈੱਕ ਕਰ ਲੈਂਦੇ ਹੋ ਸਾਰਾ ਪ੍ਰੋਸੈਸ ਅਸੀਂ ਦੇਖ ਕੇ ਤੁਹਾਨੂੰ ਫਿਰ ਦੱਸ ਸਕਾਂਗੇ ਫਿਰ ਠੀਕ ਹੈ ਬਹੁਤ ਮਨ ਭਰਿਆ ਹੋਇਆ ਸਾਰਿਆਂ ਨਾਲ ਜਦੋਂ ਪਤਾ ਲੱਗਾ ਸਾਨੂੰ ਫੋਨ ਆਇਆ 2:30 ਵਜੇ ਚਾਵਲਾ ਸਾਹਿਬ ਵਿਚਾਰੇ ਫਾਦਰ ਸਾਹਿਬ ਖੜੇ ਆ ਇਹਨਾਂ 'ਤੇ ਕੀ ਬੀਤੀ ਹੋਊਗੀ ਇੱਕ ਨੌਜਵਾਨ ਮੁੰਡਾ ਜਾਂ ਕੋਈ ਕਸੂਰ ਨਹੀਂ ਸੀਗਾ ਉਹਨੂੰ ਬੇਰਹਿਮੀ ਨਾਲ ਉਹਦਾ ਮਰਡਰ ਕਰਤਾ ਪਹਿਲਾਂ ਉਹਨੂੰ ਕੁਛ ਹਫ਼ਤੇ ਜਾਂ ਕੁਛ ਮਹੀਨੇ ਪਹਿਲਾਂ ਉਹਨੂੰ ਜਿਹੜੀ ਹੈਗੀ ਆ ਫਰੋਤੀ ਦੀ ਐਕਸਟ੍ਰੋਸ਼ਨ ਦੀ ਚਿੱਠੀ ਆਉਂਦੀ ਆ ਅਤੇ ਚਲੋ ਪੁਲਿਸ ਨੇ ਉਹਨੂੰ ਪ੍ਰੋਟੈਕਸ਼ਨ ਵਾਸਤੇ ਸਿਕਿਉਰਿਟੀ ਵੀ ਦਿੱਤੀ ਸੀਗੀ ਪਰ ਉਹਦਾ ਕਸੂਰ ਕੀ ਸੀ ਸਾਨੂੰ ਸਮਝ ਨਹੀਂ ਆਉਂਦੀ ਵੀ ਪੰਜਾਬ ਕਿੱਧਰ ਨੂੰ ਜਾ ਰਿਹਾ ਇਹ ਜੇ ਇੱਦਾਂ ਆਪਾਂ ਇੱਦਾਂ ਕਰਨ ਲੱਗ ਪਏ ਇੱਕ ਦੂਜੇ ਨਾਲ ਇੱਕ ਦੂਜੇ ਨੂੰ ਮਾਰਨ ਲੱਗ ਪਏ ਕਤਲੋ ਗਾਰ ਸ਼ੁਰੂ ਹੋ ਗਈ ਤਾਂ ਫਿਰ ਆਪਣਾ ਸਮਾਜ ਦਾ ਤਾਂ ਬਿਲਕੁਲ ਹੀ ਬੇੜਾ ਗਰਕ ਹੋ ਜਾਏਗਾ ਬੜਾਵਾ ਸਾਹਿਬ ਪੁਲਿਸ ਤੇ ਬੜੇ ਇਲਜ਼ਾਮ ਲੱਗ ਰਹੇ ਪੁਲਿਸ ਇੱਥੇ ਬੜੀ ਦੇਰ ਬਾਅਦ ਪਹੁੰਚੀ ਹੈ ਗੋਲੀ ਚੱਲਣ ਤੋਂ ਬਾਅਦ ਚਲੋ ਪੁਲਿਸ ਤਾਂ ਦੇਖੋ ਪੁਲਿਸ ਦਾ ਤਾਂ ਜੋ ਫਰਜ਼ ਬਣਦਾ ਉਹਨਾਂ ਨੂੰ ਕਰਨਾ ਚਾਹੀਦਾ ਜੇ ਹੁਣ ਸ਼ਹਿਰ ਦੇ ਵਿੱਚ ਆ ਸ਼ਹਿਰ ਦਾ ਦਿਲ ਇੱਕ ਤਰ੍ਹਾਂ ਦਾ ਆਪਾਂ ਸਿਵਲ ਹਸਪੀਟਲ ਰੋਡ ਤੇ ਸਿੰਘ ਸਭਾ ਦੇ ਨਾਲ ਇੱਥੇ ਗੋਲੀ ਚੱਲੀ ਆ ਤੇ ਪੁਲਿਸ ਨੂੰ ਠਾਣਾ ਇੱਥੋਂ ਆਪਣੇ 1 ਮਿੰਟ ਦਾ ਹੈਗਾ ਰਸਤਾ ਠਾਣੇ ਨੂੰ ਪੁਲਿਸ ਨੂੰ ਟਾਈਮ ਲਾਉਣਾ ਚਾਹੀਦਾ ਪਰ ਫਿਰ ਵੀ ਆਪਾਂ ਸਾਰੇ
इस गल बहुत आपू अफसोस आ, बड़ा दर्द आ, बड़ी दुखदाई घटना आ, किसी ने होनी नहीं चाहिए। चावला साहब ने जो हुई है, साडा अजीज सी बच्चों अर्गा सी, बड़ा सारे ना प्यार से उहदा, दो दियां छोटियां अपने लाडलियां बेटियां ने, सो इदू होर वड्डी कि दुर्घटना या ट्रैजडी कि हो सकती है। अज सारा शहर की सारा इलाका सारा पंजाब ही रोंदा होना जी, जितों जितों सानू फोन आउंदे आ सारे पंजाब चों वी, उधर चाहे हो गया सारे पता लग गया, बाहर पता लग गया, सारे इस गल का बहुत ज्यादा। बड़ौला साहब एक सवाल, अज एक दुकानदार नाल इदां हुई है, बाकी शहर के दुकानदारों के विच वी एक बहुत डर दा माहौल बन गया। बिल्कुल गल तुहाडी सही आ, कले दुकानदारां नहीं, सारे अपने समाज के हालात इदां दे आ कि सारिआं नूं अपना डर पै गया, सारिआं नूं कोई यकीन नहीं है अपनी जिहड़ी जान माल की राखी का।